ਭਗਵਾਨ ਵਾਲਮੀਕਿ ਮੰਦਿਰ ਮਾਲਵਾੜੀ ਵਿਖੇ ਇੱਕ ਧਾਰਮਿਕ ਸਤਸੰਗ ਕਰਵਾਇਆ ਗਿਆ। ਇਸ ਸਤਸੰਗ ਦੀ ਪ੍ਰਧਾਨਗੀ ਤਿਲਕ ਰਾਜ ਸਰਬੱਤਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਸ਼ਰਧਾਲੂਆਂ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਸਤਸੰਗ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਲਗਾਈ। ਅਸੀਂ ਖੰਡ ਦੇ ਨੱਚਣਾ, ਅਸੀਂ ਅੱਗ ਵਾਂਗੂ ਮੱਚਣਾ, ਜਾਣਦੇ ਹਾਂ ਪੈਰ ਪੈਰ ਉੱਤੇ ਮੱਚਿਆ ਉਹਨਾਂ ਮਾੜਾ ਅਸੀਂ ਜਾਣਦੇ ਹਾਂ। ਕੌਣ ਕੌਣ ਤੋਂ ਬੁਰੀਆਂ ਆਦਤਾਂ ਹਟਾ ਕੇ ਜਾਏਗਾ? ਹੱਥ ਖੜਾ ਕਰੋ। ਦਰਬਾਰ ਚ ਬੈਠੇ ਆ, ਕੌਣ ਬੁਰੀਆਂ ਆਦਤਾਂ ਹਟਾ ਕੇ ਜਾਏਗਾ? ਵਾਹ ਜੀ ਵਾਹ, ਦੋ ਚਾਰ ਦਿਨ ਹੀ ਆ, ਬਾਕੀ ਕੋਈ ਬੁਰੀਆਂ ਨਹੀਂ ਆਦਤਾਂ ਹਟਾਏਗਾ। ਕੋਈ ਤੁਹਾਡਾ ਕੋਈ ਦੋਸ਼ ਨਹੀਂ। ਉਹ ਸੁਣੋ ਸਤੀ ਸੰਗੀ ਓਹੇ ਸੋਵੇ ਸਖਾਣੀਆਂ, ਸੁਣੋ ਸਤੀ ਸੰਗੀ ਓਹੇ ਸੋਵੇ ਸਖਾਣੀਆਂ, ਓਏ ਆਪਣੇ ਦਿਲਾਂ ਚੋਂ ਬੁਰੀਆਂ ਆਦਤਾਂ ਹਟਾਉਣੀਆਂ, ਆਪਣੇ ਦਿਲਾਂ ਚੋਂ ਬੁਰੀਆਂ ਆਦਤਾਂ ਹਟਾਉਣੀਆਂ। ਮਿਲ ਬੋਲੋ, ਮਿਲ ਬੋਲੋ ਮੇਰੇ ਨਾਲ ਪ੍ਰਭੂ ਦੀ ਜੈ ਬੋਲੋ, ਜੈ ਬੋਲੋ ਜੈ ਬੋਲੋ ਮੇਰੇ ਨਾਲ ਪ੍ਰਭੂ ਦੀ ਜੈ ਬੋਲੋ, ਜੈ ਬੋਲੋ ਜੈ ਬੋਲੋ ਮੇਰੇ ਨਾਲ ਪ੍ਰਭੂ ਦੀ ਜੈ ਬੋਲੋ, ਜੋਰ ਸੇ ਬੋਲੋ ਜੈ ਵਾਲਮੀਕਿ, ਜੋਰ ਸੇ ਬੋਲੋ ਜੈ ਵਾਲਮੀਕਿ, ਗੱਜ ਕੇ ਬੋਲੋ ਜੈ ਵਾਲਮੀਕਿ, ਗੱਜ ਕੇ ਬੋਲੋ ਜੈ ਵਾਲਮੀਕਿ, ਸਾਰੇ ਹੀ ਬੋਲੋ ਜੈ ਵਾਲਮੀਕਿ, ਅਗਲੇ ਵੀ ਬੋਲੋ ਜੈ ਵਾਲਮੀਕਿ, ਪਿਛਲੇ ਵੀ ਬੋਲੋ ਜੈ ਵਾਲਮੀਕਿ, ਜੈ ਬੋਲੋ ਜੈ ਬੋਲੋ ਮੇਰੇ ਨਾਲ ਪ੍ਰਭੂ ਦੀ ਜੈ ਬੋਲੋ, ਜੈ ਬੋਲੋ ਜੈ ਬੋਲੋ ਮੇਰੇ ਨਾਲ ਪ੍ਰਭੂ ਦੀ ਜੈ ਬੋਲੋ।
ਹਾਂਜੀ ਤਿਲਕ ਰਾਜ ਸੋਤਾ ਜੀ ਸਾਡੇ ਵਿੱਚ ਬਹੁਤ ਹੀ ਸਤਿਕਾਰ ਜੋ ਸਾਡੇ ਐਸ ਪੀ ਸਾਹਿਬ ਸੁਣੀ ਆ ਉਹਨਾਂ ਦੇ ਨਾਲ ਉਹਨਾਂ ਦੇ ਬੇਟਾ ਜੀ ਵੀ ਅਮਿਤ ਕੁਮਾਰ ਗਿੱਲ ਜੀ ਇਹ ਆਪਣੇ ਆਉਣ ਵਾਲੇ ਐਮ ਐਲ ਏ ਆ ਪਿਛਲੀ ਵਾਰੀ ਇਲੈਕਸ਼ਨ ਕਰੇ ਹੀ ਆਪਣੇ ਕਾਰਨਾਂ ਕਰਕੇ ਲੈ ਗਏ ਆ ਆਉਣ ਤੋਂ ਵਾਲੇ ਅਰਦਾਸ ਕਰਦੇ ਪਰਮਾਤਮਾ ਦੇ ਚਰਨਾਂ ਵਿੱਚ ਆਉਣ ਵਾਲੇ ਸਮੇਂ ਇਹਨਾਂ ਨੂੰ ਐਮ ਐਲ ਏ ਪਰਮਾਤਮਾ ਭਗਵਾਨ ਵੱਲ ਕੀ ਬਣਾਵੇ ਉਹ ਸਾਡੇ ਸਮਾਜ ਦਾ ਜਿਹੜਾ ਨਾਂ ਉੱਚਾ ਕਰਨ ਵੀਰ ਅਮਿਤ ਕੁਮਾਰ ਗਿੱਲ ਜੀ ਵੀਰ ਵਰਿਆਮ ਜਨ ਸ਼ਕਤੀ ਪੰਜਾਬ ਭਾਰਤੀ ਵਾਲੀ ਪੰਜਾਬੀ ਜਨ ਸਮਾਜ ਉਹ ਵੀ ਕੁਮਾਰ ਕਾਨੂੰ ਜੀ ਸਾਡੇ ਬਹੁਤ ਬਹੁਤ ਵਾਸਤੇ ਹੀ ਪੰਡਾਲ ਲਗਾਇਆ ਗਿਆ ਮੇਰੀ ਹੱਥ ਜੋੜ ਕੇ ਬੇਨਤੀ ਆ ਹਾਂਜੀ ਸਰ ਅੱਜ ਦਾ ਇਹ ਜੋ ਸਤਸੰਗ ਕੀਤਾ ਗਿਆ ਉਸ ਬਾਰੇ ਕੀ ਜਾਣਕਾਰੀ ਦੇਣਾ ਚਾਹੋ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਜੀ ਅੱਜ ਪਿੰਡ ਮੱਲਾਵਾਲੀ ਵਿਖੇ ਉਹਨਾਂ ਦੀ ਜਿਹੜੀ ਟੀਮ ਆ ਵਾਲਮੀਕੀ ਅਧਿਧਰਮ ਸਮਾਜ ਦੀ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਮੁਖਤਾਰ ਸਿੰਘ ਗਿੱਲ ਜੀ ਸਾਡੇ ਪੰਜਾਬ ਦੇ ਮੁੱਖ ਸਲਾਹਕਾਰ ਲਿੰਕੂ ਜੀ ਸੰਯੁਕਤ ਮੰਤਰੀ ਸੁਖਦੇਵ ਸਿੰਘ ਸੋਤਰਾ ਜੀ ਸੰਯੁਕਤ ਮੰਤਰੀ ਡਾਕਟਰ ਸੁਰਜੀਤ ਜੀ ਸੰਯੁਕਤ ਮੰਤਰੀ ਵੀਰ ਜੋਬਨ ਸਿੰਘ ਸਾਡੇ ਜਿਹੜੇ ਆ ਪੰਜਾਬ ਦੇ ਜੂਥ ਸਿੰਘ ਦੇ ਪ੍ਰਧਾਨ ਨੇ ਵੀਰ ਗੋਪੀ ਜੀ ਵੀਰ ਮਣੀ ਜੀ ਮਹਿਲੇ ਵਿੰਗ ਤੋਂ ਸਾਡੇ ਪੰਜਾਬ ਪ੍ਰਧਾਨ ਬਾਲਾ ਜੀ ਰਾਜ ਜੀ ਅਤੇ ਪੂਰੀ ਸਾਡੇ ਬਾਬਾ ਜੀ ਇਹ ਜਿੰਨੀ ਸਾਡੀ ਟੀਮ ਆ ਮੱਲਾਵਾਲੀ ਪਿੰਡ ਤੋਂ ਅੱਜ ਇਹਨਾਂ ਨੇ ਇੱਕ ਬਹੁਤ ਅੱਛਾ ਉਪਰਾਲਾ ਕੀਤਾ ਭਗਵਾਨ ਵਾਲਮੀਕੀ ਮਹਾਰਾਜ ਦਾ ਜਿਹੜਾ ਸਤਸੰਗ ਇਹ ਮੰਦਰ ਕਾਫੀ ਮਤਲਬ ਕਿ ਸਮੇਂ ਤੋਂ ਬੰਦ ਪਿਆ ਸੀ ਪਰ ਅੱਜ ਇਹਨਾਂ ਦੇ ਉਪਰਾਲੇ ਦੇ ਨਾਲ ਜਿਹੜਾ ਮੰਦਰ ਆ ਖੁੱਲ੍ਹਾ ਔਰ ਇਸ ਮੰਦਰ ਦੀ ਜਿਹੜੀ ਆ ਦੇਖ ਦੇਖ ਅੱਜ ਵਾਲਮੀਕੀ ਅਧਿਧਰਮ ਸਮਾਜ ਦੇ ਮੰਚ ਤੋਂ ਪਿੰਡ ਮੱਲਾਵਾਲੀ ਤੋਂ ਇਹਨਾਂ ਸਾਥੀਆਂ ਨੇ ਚੁੱਕੀ ਆ ਔਰ ਅਸੀਂ ਇਹਨਾਂ ਦੇ ਪਿੰਡ ਮੱਲਾਵਾਲੀ ਦੇ ਬਹੁਤ ਬਹੁਤ ਮਤਲਬ ਕਿ ਵਧਾਈ ਦਿੰਦੇ ਇਹਨਾਂ ਨੂੰ ਵੀ ਸਾਥੀਆਂ ਨੇ ਸੇਵਾ ਜਿਹੜੀ ਆ ਮੰਦਰ ਦੀ ਚੁੱਕੀ ਆ ਔਰ ਵਾਲਮੀਕੀ ਅਧਿਧਰਮ ਸਮਾਜ ਦੇ ਮੰਚ ਤੋਂ ਅੱਜ ਜਿਹੜਾ ਸਤਸੰਗ ਕਰਵਾਇਆ ਜਾ ਰਿਹਾ ਇਹ ਵਿੱਚ ਸਤਸੰਗ ਜੋ ਸਾਰੇ ਜਿੰਨੀ ਸੰਗਤ ਆਈ ਆ ਉਹ ਜਿੰਨੇ ਵੀ ਸੰਗਠਨ ਆਏ ਆ ਸਾਰਿਆਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਵੀ ਜਿੰਨਾ ਆਪਣਾ ਕੀਮਤੀ ਸਮਾਂ ਦੇ ਕੇ ਪਿੰਡ ਮੱਲਾਵਾਲੀ ਵਿੱਚ ਮਤਲਬ ਕਿ ਇੱਥੇ ਪਹੁੰਚ ਕੇ ਸਾਡਾ ਜਿਹੜਾ ਵਾਲਮੀਕੀ ਅਧਿਧਰਮ ਸਮਾਜ ਦਾ ਜਿਹੜਾ ਮਾਣ ਵਧਾਇਆ ਉਹ ਸਾਡੇ ਵੀਰ ਸ਼ਾਨੂ ਜੀ ਜਿਨ੍ਹਾਂ ਨੇ ਭਜਨਾਂ ਦਾ ਰਾਹੀਂ ਗੁਣਗਾਨ ਕੀਤਾ ਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਔਰ ਪੂਰੇ ਸਮਾਜ ਨੂੰ ਇੱਕ ਬੇਨਤੀ ਕਰਦੇ ਹਾਂ ਵੀ ਪ੍ਰਭੂ ਰਤਨਾਕਰ ਦੀ ਜਿਹੜੀ ਮਹਾਰਾਜ ਦੀ ਸੋਚ ਆ ਉਹਨਾਂ ਦਾ ਇੱਕ ਮਿਸ਼ਨ ਹੀ ਵੀ ਭਗਵਾਨ ਵਾਲਮੀਕੀ ਮਹਾਰਾਜ ਦਾ ਜਿਹੜਾ ਮਿਸ਼ਨ ਆ ਬਲਵੀਰ ਸਿੰਘ ਔਰ ਵਾਲਮੀਕੀਆਂ ਦੀ ਕੋਈ ਫਰਕ ਨਹੀਂ ਆ ਲੇਕਿਨ ਪ੍ਰਭੂ ਰਤਨਾਕਰ ਦੀ ਜਿਹੜੀ ਮਹਾਰਾਜ ਦੀ ਸੋਚ ਹੀ ਘਰ ਘਰ ਭਗਵਾਨ ਵਾਲਮੀਕੀ ਮਹਾਰਾਜ ਦਾ ਜਿਹੜਾ ਪ੍ਰਚਾਰ ਪਹੁੰਚਾਉਣਾ ਉਹੀ ਡਾਕਟਰ ਸਾਡੇ ਜਿਹੜੇ ਮਾਨਯੋਗ ਡਾਕਟਰ ਜਗਿੰਦਰਪਾਲ ਪਾਲੀ ਜੀ ਮੁਖ ਸੰਚਾਲਕ ਅਤੇ ਸੰਤਾਪਕ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਪਿੰਡ ਪਿੰਡ ਜਿਹੜਾ ਸ਼ਹਿਰ ਸ਼ਹਿਰ ਇਹ ਜਿਹੜੀ ਲਹਿਰ ਚਲਾਈ ਜਾ ਰਹੀ ਆ ਇਹ ਸਾਡੇ ਮਾਨਯੋਗ ਡਾਕਟਰ ਜਗਿੰਦਰਪਾਲ ਪਾਲੀ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੀ ਮੀਟਿੰਗਾਂ ਔਰ ਸਤਸੰਗ ਦੀ ਜਿਹੜੀ ਲਹਿਰ ਆ ਪਿੰਡ ਪਿੰਡ ਸ਼ਹਿਰ ਸ਼ਹਿਰ ਚਲਾਈ ਜਾ ਰਹੀ ਆ ਉਹ ਅੱਗੇ ਵੀ ਇਹ ਲਹਿਰ ਜਿਹੜੀ ਆ ਇਹਨੂੰ ਬੜੇ ਵਧੀਆ ਤਰੀਕੇ ਨਾਲ ਇਸ ਲਹਿਰ ਨੂੰ ਘਰ ਘਰ ਵਿੱਚ ਹੀ ਪਹੁੰਚਾਵਾਂਗੇ ਉਹ ਪ੍ਰਭੂ ਰਤਨਾਕਰ ਜੀ ਮਹਾਰਾਜ ਦੀ ਸੋਚ ਆ ਔਰ ਇਹਨੂੰ ਸੋਚ ਨੂੰ ਘਰ ਘਰ ਦੇ ਵਿੱਚ ਜਿੰਨਾ ਚਿਰ ਸਾਡੇ ਸਾਹ ਆ ਉਹ ਸਾਹਾਂ ਤੱਕ ਇਸ ਮਿਸ਼ਨ ਨੂੰ ਅਸੀਂ ਘਰ ਘਰ ਪਹੁੰਚਾਵਾਂਗੇ ਬਾਕੀ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਮਿਸ਼ਨ ਨਾਲ ਔਰ ਵਾਲਮੀਕੀ ਸਮਾਜ ਆਪਣੇ ਧਰਮ ਨਾਲ ਜੁੜੋ ਅਤੇ ਧਰਮ ਨਾਲ ਜੁੜ ਕੇ ਹੀ ਜਿੰਨਾ ਚਿਰ ਸਾਡਾ ਇੱਕ ਝੰਡਾ ਇੱਕ ਡੰਡਾ ਇੱਕ ਵਿਧਾਨ ਇੱਕ ਨਿਸ਼ਾਨ ਨਹੀਂ ਹੁੰਦਾ ਉਹਨਾਂ ਚਿਰ ਸਾਡਾ ਜਿਹੜਾ ਮਿਸ਼ਨ ਆ ਅਧੂਰਾ ਆ ਇਸ ਕਰਕੇ ਸਾਨੂੰ ਲੋੜ ਆ ਇੱਕ ਝੰਡੇ ਥੱਲੇ ਆਉਣ ਦੀ ਇੱਕ ਮਿਸ਼ਨ ਥੱਲੇ ਆਉਣ ਦੀ ਜਿਹਦੇ ਪ੍ਰਭੂ ਰਤਨਾਕਰ ਜੀ ਮਹਾਰਾਜ ਦੀ ਜਿਹੜੀ ਸੋਚ ਆ ਇੱਕ ਨਿਤਨੇਮ ਇੱਕ ਝੰਡਾ ਉਹ ਵਾਲਮੀਕੀ ਤੀਰਥ ਦੇ ਉੱਪਰ ਜਲਦੀ ਹੀ ਅਸੀਂ ਪੂਰੇ ਸਮਾਜ ਨੂੰ ਬੇਨਤੀ ਕਰਾਂਗੇ ਵੀ ਇਹ ਝੰਡਾ ਜਿਹੜਾ ਉੱਥੇ ਲਾਇਆ ਜਾਵੇ ਔਰ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਜਿਹੜੇ ਚਰਨਾਂ ਵਿੱਚ ਸਾਰੇ ਨਸਮਸਤਕ ਆਉਣ ਇੰਨੇ ਹੀ ਵਿਚਾਰਾਂ ਸਾਰਿਆਂ ਨੂੰ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ।